ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪ੍ਰੀਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਦੋਸਤੋ ਫੂਡ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਐਫਐਸ ਦੇ ਤੁਹਾਨੂੰ ਪਤਾ ਅੱਜ ਪੋਸਟ ਆਈ ਸੀ ਪੰਜਾਬ ਰੀਜਨ ਦੀ ਪੰਜਾਬ ਦੇ ਜੋ ਪੋਸਟ ਆਊਟ ਕੀਤੀ ਗਈ ਐਫਐਸ ਵਾਚਮੈਨ ਦੀ ਤੇ ਉਸ ਦੀ ਤੁਹਾਨੂੰ ਪਤਾ ਜੋ ਐਗਜ਼ਾਮ ਡੇਟ ਵੀ ਆਊਟ ਕਰ ਦਿੱਤੀ ਗਈ ਹੈ ਤੇ ਤੁਸੀਂ ਵੀ ਦੇਖ ਸਕਦੇ ਹੋ ਠੀਕ ਹੈ ਲੇਟੈਸਟ ਨਿਊਜ਼ ਕਰਕੇ ਆ ਰਿਹਾ 9 10 2022 ਐਤਵਾਰ ਠੀਕ ਹੈ 9 ਅਕਤੂਬਰ ਨੂੰ ਤੁਹਾਡਾ ਐਗਜ਼ਾਮ ਹੋਵੇਗਾ ਹੁਣ ਆਪਾਂ ਗੱਲ ਕਰਦੇ ਐਡਮਿਟ ਕਾਰਡ ਤੁਹਾਡੇ ਕਦੋਂ ਆਉਣਗੇ ਠੀਕ ਹੈ 9 ਤਰੀਕ ਨੂੰ ਪੇਪਰ ਹੈ 9 ਜੋ ਅਕਤੂਬਰ ਨੂੰ ਤੁਹਾਡਾ ਪੇਪਰ ਹੋਵੇਗਾ ਤੇ ਐਡਮਿਟ ਕਾਰਡ ਤੇ ਆਪਾਂ ਗੱਲ ਕਰੀ ਤਾਂ ਬਹੁਤ ਸਾਰੇ ਕੈਂਡੀਡੇਟਸ ਕਮੈਂਟ ਆ ਰਹੇ ਸੀ ਕਿ ਸਰ ਸਾਡੇ ਐਡਮਿਟ ਕਾਰਡ ਕਦੋਂ ਆਉਣਗੇ ਤਾਂ ਐਗਜ਼ਾਮ ਡੇਟ ਆ ਗਈ ਐਡਮਿਟ ਕਾਰਡ ਕਦੋਂ ਆਊਟ ਹੋ ਕੇਤੇ ਜਾਣਗੇ ਤੇ ਐਗਜ਼ਾਮ ਡੇਟ ਦੀ ਗੱਲ ਕਰੀ ਐਗਜ਼ਾਮ ਡੇਟ ਤੋਂ ਅਨੁਸਾਰਨ ਪਤਾ ਚੱਲ ਗਿਆ ਨਾ 9 10 2022 ਨੂੰ ਐਤਵਰ ਤੁਹਾਡਾ ਐਗਜ਼ਾਮ ਹੋਵੇਗਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਜੋ ਇੱਥੇ ਮੈਂਸ਼ਨ ਕੀਤਾ ਗਿਆ ਸੀ ਠੀਕ ਹੈ ਤੁਹਾਡੇ ਜੋ ਐਡਮਿਟ ਕਾਰਡ ਆਉਣਗੇ ਐਗਜ਼ਾਮ ਤੋਂ ਠੀਕ 15 ਦਿਨ ਠੀਕ ਹੈ ਪਹਿਲਾਂ ਆਉਣਗੇ ਜਨਨ ਕਿ ਆਪਾਂ ਗੱਲ ਕਰੀ ਜਿਵੇਂ 9 ਨੂੰ ਪੇਪਰ 15 ਦਿਨ ਪਿੱਛੇ ਤੁਸੀਂ ਕਰੋਗੇ ਤਾਂ 23 24 ਸਤੰਬਰ ਠੀਕ ਹੈ 23 24 ਸਤੰਬਰ ਤੁਹਾਡੇ ਜੋ ਐਡਮਿਟ ਕਾਰਡ ਆਊਟ ਕਰਤੇ ਜਾਣਗੇ ਤਾਂ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਇਸ ਵੈਬਸਾਈਟ ਤੇ ਆ ਕੇ ਤੁਸੀਂ ਡਾਇਰੈਕਟ ਇਸ ਵੈਬਸਾਈਟ ਤੇ ਆ ਜਾਣਾ ਐਫਸੀ ਪੰਜਾਬ ਵਾਚਮੈਨ ਦੀ ਜੋ ਵੈਬਸਾਈਟ ਹੈ ਠੀਕ ਹੈ ਤੇ ਇੱਥੇ ਤੁਸੀਂ ਵੈਬਸਾਈਟ ਤੇ ਆ ਕੇ ਲੌਗਇਨ ਕਰਕੇ ਜਿਵੇਂ ਲੌਗਇਨ ਇੱਥੇ ਕਲਿੱ ਕਰਕੇ ਤਗਾ ਤੁਸੀਂ ਜੋ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਕਰੀਬ 23 24 ਸਤੰਬਰ ਤਵੜਾ ਜੋ ਐਡਮਿਟ ਕਾਰਡ ਆਊਟ ਕਰ ਦਿੱਤੇ ਜਾਣਗੇ ਤੁਸੀਂ ਇਹਨਾਂ ਦੀ ਆਫੀਸ਼ਲ ਜੀ ਵੈਬਸਾਈਟ ਹੈ ਠੀਕ ਹੈ ਇਸ ਤੇ ਵਿਜ਼ਿਟ ਕਰਕੇ ਤਾਂ ਡਾਊਨਲੋਡ ਕਰ ਸਕਦੇ ਹੋ ਤਾਂ ਇਹ ਜਾਣ ਕਰਕੇ ਸੀ ਅਪਡੇਟਸ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸੀ ਜੇਕਰ ਵੀਡੀਓ ਬਦ ਲੱਗੀ ਹੈਲਪਫ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਟਵਰ ਤੁਸੀਂ ਕਮੈਂਟ ਸ਼ੈਕਸ਼ਨ ਵਿੱਚ ਪੁੱਛ ਸਕਦੇ ਹੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨ